असला इंसाफ वाला नाजरीन दुनिया में कितना गम है, मेरा गम कितना कम है। ये था कोई एक हजारों में शायद ही खुश होता है कोई किसी को रोता है जे आ, कोई किसी को रोता है जे बड़ी मेहरबानी नाजरीन तुम्हें तो मेरी शायरी पसंद करते हैं वैसे मैं इस काबल है ਔਰ ਸ਼ੇਰ ਖੇਸ਼ੇ ਪਦਮਤ ਹਾਕਾ ਮਲਕੀਏ ਸਿਆਸਤਦਾਨਾਂ ਸੇ ਨਾ ਘਬੜਾ ਐ ਆਵਾਮ ਇਹ ਤਾਂ ਬੰਤੇ ਹਨ ਤੁਝੇ ਭੂਕਾ ਮਰਵਾਣੇ ਲਈ ਬੂਟਾ ਬੂਟਾ ਕਰਤ ਨਹੀਂ ਮੈਂ ਆਪਾਂ ਬੂਟਾ ਹੋਈ ਬੂਟਾ ਖਸਾਕਿਓ ਮੈਨੂੰ ਹੋਰ ਵੀ ਨਾ ਅੱਖੋ ਕੁਝ ਵੀ ਹੋਰ ਕੋਈ ਅੱਜ ਦੇ ਪ੍ਰੋਗਰਾਮ ਦੇ ਵਿੱਚ ਆ ਗਿਆ ਇੱਕ ਐਸਾ ਮਜ਼ਲੂਮ ਸ਼ਖਸ ਜਿਹਦਾ ਦੀ ਬੁੱਢੀ ਨਾ ਬਣ ਗਿਆ ਰੌਲਾ ਤੇ ਉਹ ਹੋ ਗਿਆ ਕੱਖੋਂ ਹੋਲਾ ਬੁੱਢੀਆਂ ਨਾਲ ਹੀ ਝਾਬ ਹੁੰਦਾ ਪਰ ਨਾਜ਼ਰੀਨ ਬਹੁਤਾ ਨਹੀਂ ਲੜਨਾ ਚਾਹੀਦਾ ਇਹਨੂੰ ਪੁੱਛਦੇ ਇਹਦੇ ਨਾਲ ਕੀ ਮਸਲਾ ਬਣਿਆ ਹੋਆ ਕਿਉਂ ਆਸੀ ਕਾਦਾ ਜੀ ਆ ਜਿਹੜੇ ਤੇਰੇ ਮੂੰਹ ਦੇ ਉਤੇ ਦਾਗ ਆ ਇਹਨਾਂ ਦਾ ਬੁੱਢੀ ਦੀ ਗੱਲ ਹੋ ਰਹੀ ਆ ਤਾਂ ਬੁੱਢੇ ਦਾ ਹੀ ਮੈਂ ਤੈਨੂੰ ਪੁੱਛਣਾ ਸੀ ਤੂੰ ਕਹਿੰਦਾ ਹਾਂ ਜੀ ਮੈਂ ਉਹਨੂੰ ਛੱਡ ਦਿੱਤਾ ਮੇਰੇ ਹੀ ਮਕਾਨ ਦੇ ਵਿੱਚ ਆਪਣੇ ਭਰਾਵਾਂ ਦੇ ਨਾਲ ਰਹਿਣ ਲਈ ਆ ਤੇ ਮੈਂ ਦੇਖ ਲਓ ਤੁਹਾਡੇ ਸਾਹਮਣੇ ਬਾਹਰ ੱੱਕੇ ਖਾਨ ਨੇ ਅੱਛਾ ਤੇ ਤੁਸੀਂ ਉੱਥੇ ਕਿਉਂ ਨਹੀਂ ਰਹਿੰਦਾ ਮੇਰੀ ਉਹਦੇ ਭਰਾਵਾਂ ਦੇ ਨਾਲ ਜਿਹੜਾ ਨਾ ਬੰਦ ਹੀ ਨਹੀਂ ਇਸ ਵਜ੍ਹਾ ਤੋਂ ਉਹ ਜ਼ਰਾ ਬਦਮਾਸ਼ ਟੈਪ ਬੰਦੇ ਨੇ ਤੇ ਮੈਂ شریف ਆਦਮੀ ਆ ਉਹ ਤੇ ਮੇਰੇ ਨਾਲ ਇਦਾਂ ਵਯਾਏ ਗਏ ਆ ਜਿਵੇਂ ਉਹ ਕੁੜੀ ਨੂੰ ਸਾਇਆ ਹੋਵੇ ਤੇ ਨਾਲ ਜੇਨਣੀ ਨਿਕਾ ਦੇ ਵਿੱਚ ਆ ਜਾਂਦਾ ਇਹ ਤਾਂ ਉਹਦੇ ਭਰਾ ਵੀ ਨਿਕਾਜ ਨਾਲ ਹੀ ਆ ਗਏ ਤੁਹਾਨੂੰ ਮਕਾਨ ਚੋਂ ਕੱਢਤਾ ਨਹੀਂ ਮਕਾਨ ਦੇ ਵਿੱਚੋਂ ਉਹਨਾਂ ਨੇ ਨਹੀਂ ਕੱਢਿਆ ਮਕਾਨ ਚੋਂ ਮੈਂ ਆਪ ਨਿਕਲਿਆ ਮੇਰੇ ਕੋਲੋਂ ਬਰਦਾਸ਼ਤ ਨਹੀਂ ਸੀ ਹੁੰਦਾ ਬੀਵੀ ਦੇ ਨਾਲ ਝਗੜਾ ਜਿਹੜਾ ਉਹ ਕਿਸ ਗੱਲ ਤੋਂ ਸ਼ੁਰੂ ਹੋਇਆ ਮੈਨੂੰ ਇਹ ਦੱਸ ਦੇ ਮੈਂ ਕਹਿੰਦਾ ਸੀ ਵੀ ਤੇਰੇ ਭਰਾ ਮੇਰੇ ਘਰ ਨਾ ਆਉਣ ਕਿਉਂ ਵਜਾ ਕੀ ਮਤਲਬ ਉਹ ਆ ਕੇ ਕੀ ਤੁਹਾਡਾ ਸਾਬਣ ਖਾ ਜਾਂਦੇ ਸੀ ਨਹੀਂ ਜੀ ਖਾਂਦੇ ਤੋਂ ਮੇਰਾ ਬਹੁਤ ਕੋਈ ਸੀ ਬਸ ਮੈਨੂੰ ਚੰਗੇ ਨਹੀਂ ਸੀ ਲੱਗਦੇ ਮੈਂ ਆਪਣੀ ਬੁੱਢੀ ਨੂੰ ਕਿਹਾ ਵੀ ਇਹ ਜਿਹੜਾ ਮੇਰੇ ਘਰ ਨਾ ਆਉਣ ਧਾ ਧਾ ਤਿਚਕਟ ਹਾਂਜੀ ਇਹ ਕਾਗਜ਼ ਦੇਖੋ જરા ਮੈਂ ਉਹਨਾਂ ਦੇ ਖਿਲਾਫ ਰਿਪੋਰਟ ਵੀ ਕਰਾਈ ਹੈ ਕਿਹੜੇ ਥਾਣੇ ਹਰਬੰਸਪੁਰੇ ਮੈਂ ਦੱਸਿਆ ਉਹਨਾਂ ਨੂੰ ਕਿ ਮੇਰੇ ਸਾਲਿਆ ਨੇ ਮੇਰੇ ਮਕਾਨ ਦੇ ਉੱਤੇ ਨਜਾਇਜ਼ ਕਬਜ਼ਾ ਕਰ ਲਿਆ ਉਹ ਮੈਨੂੰ ਵਾਪਸ ਲੈ ਕੇ ਦਿਓ ਉਹਨਾਂ ਨੇ ਕਿਹਾ 20000 ਰੁਪਏ ਲੱਗੇਗਾ ਮੈਂ ਕਿਹਾ ਕੋਈ ਰੋਲਾ ਨਹੀਂ ਮੇਰੇ ਕੋ ਕਿਹੜਾ ਗਿਆ ਅੱਛਾ ਫੇਰ ਫਿਰ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਤੁਸੀਂ ਆਪਣਾ ਮਕਾਨ ਆਪ ਛੱਡਿਆ ਹਾਂਜੀ ਕਿਉਂ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਜਨਾਬ ਜਦੋਂ ਦੇ ਭਰਾ ਹੁੰਦੇ ਸੀ ਉਪਰੋਂ ਨਾਲ ਉਹ ਕਿੰਨੇ ਦੋ ਦੋ ਤਿੰਨ ਤਿੰਨ ਬੰਦੇ ਵੀ ਜਿਹੜੇ ਲੈ ਕੇ ਆ ਜਾਂਦੇ ਸੀ ਬਗੈਰ ਤੀ ਟੈਪ अच्छा एकते यानी कि आप ते होना बहन दे कार ऊपर नाल दो-दो बंदे भी लाके होना यानी आखिर एंड हो गया हां जी एहो चाहि बुड्ढी किथों ਲੱਭ ਲਈ ਤੁਸੀਂ ਮੈਂ ਤੇ ਬਹੁਤ ਪਟਿਆ ਜੀ ਆਪਣੀ ਮਾਂ पे ਉਹਨੂੰ ਕੋ ਮੇਰਾ ਇੱਥੇ ਵਿਆਹ ਨਾ ਕਰੋ ਮੈਨੂੰ ਜਿਹੜੇ ਮੇਰੇ ਦੋਸਤ ਆ ਉਹ ਕਹਿੰਦੇ ਵੀ ਇੱਥੇ ਨਾ ਕਰੀ ਪਰ ਉਹਨਾਂ ਨੇ ਕਿਹਾ ਅਸੀਂ ਕਰਨਾ ਬੱਲਾ ਬਾਈ ਹੁਣ ਤੂੰ ਇਹ ਚੌਨਾਮਾ ਕਤਰੇ ਸਾਲੇ ਤੇਰਾ ਘਰ ਛੱਡ ਕੇ ਚਲ ਜਾਂ ਤਾਂ ਤੂੰ ਤੇ ਤੇਰੀ ਬੁੱਢੀ ਤੇ ਬੱਚੇ ਰਨਾਨ ਬਸ ਨਹੀਂ ਜੀ ਬੁੱਢੀ ਨੂੰ ਹੁਣ ਮੈਂ ਜਿਹੜਾ ਨਾ ਨਹੀਂ ਰੱਖਣਾ ਵਾਜਾ ਵੱਡਿਆ ਜੀ ਕਿ ਮੇਰਾ ਕਾਰੋਬਾਰ ਠੀਕ ਆ ਮੈਂ ਬੱਚਿਆਂ ਦੀ ਰੋਜ਼ੀ ਜਿਹੜੀ ਆਪ ਕਮਾ ਸਕਦਾ। ਅੱਛਾ ਹਾਂਜੀ। ਯਾਨੀ ਸਾਈਡ ਬਿਜ਼ਨਸ ਨਹੀਂ। ਅਸਤਗਫਿਰुल्लाह। ਗੈਰਤ ਮੰਦੀ। ਹਾਂਜੀ ਬਸ ਉਹ ਮੈਨੂੰ ਮੇਰਾ ਮਕਾਨ ਦੇ ਦੇਵੇ ਤੇ ਆਪਣੇ ਭਰਾਵਾਂ ਦੇ ਨਾਲ ਰਵੇ ਮੈਨੂੰ ਇਹੋ ਜੀ ਬੁੱਢੀ ਨਹੀਂ ਚਾਹੀਦੀ। ਮੈਂ ਆਪ ਕਮਾ ਸਕਦਾ। ਅੱਛਾ ਹਾਂਜੀ। ਚਲੋ ਮੰਨ ਵੀ ਲੈਨੇ ਕਿ ਮੈਂ ਉਹਨੂੰ ਲੈ ਆਉਣਾ ਪਰ ਮੇਰਾ ਜੇਹਨ ਨਹੀਂ ਮੁਤਮਨ ਹੋਣਾ ਮੈਂ ਤੁਹਾਨੂੰ ਇਥੇ ਲਿਖ ਕੇ ਦੇ ਦਿੰਨ। ਨਹੀਂ ਜੇ ਉਹ ਮਤਲਬ ਤੁਹਾਡੇ ਕੋਲ ਆ ਕੇ ਤੇ ਚਲੋ ਮਾਫੀ ਮੰਗ ਲਵੇ ਤੇ ਪਰ ਮੈਂ ਪਿਛਲੀਆਂ ਗੱਲਾਂ ਕਿਤਾ ਜੇਹਨ ਚੋਂ ਕੱਢੂੰਗਾ। ਆ ਤੂੰ ਪਿਛਲੀਆਂ ਗੱਲਾਂ ਸੋਚੀ ਕੀ ਕਹਿੰਦੇ ਜੀ ਬੋਲੀ ਜਾ ਤੂੰ ਆਪਈ ਤਾ ਤੂੰ ਉੱਥੇ ਫਲਾਣਾ ਬਾਦਸ਼ਾਹ ਲੈਣ ਆਇਆ ਬੋਲੀ ਜਾ ਓਏ ਹੋਸ਼ਕਾਰ ਵਕੀਲਾ ਅਰ ਨਾਲ ਜਿਹੜਾ ਭਾਈ ਬੈਠਾ ਹੈ ਦਾ ਸੋਚ ਵਿਚਾਰੇ ਦਾ ਕੀ ਕਰਨਾ ਤੇਰੀ ਬੁੱਢੀ ਜੂ ਕਰੇ ਐਦਾਂ ਤੇਰੇ ਨਾਲ ਤਾਂ ਤੂੰ ਦਸੋ ਦੇ ਨਾਲ ਕੀ ਸ਼ਲੋਕ ਜਣਾ ਕਰੇਗਾ ਚਾਚਾ ਕੁਛ ਅਕਲ ਨੂੰ ਹੱਥ ਮਾਰ ਯਾਰ ਇਹਨਾਂ ਦਾ ਜਿਹੜਾ ਮਸਲਾ ਨਾ ਉਹਦਾ ਹੱਲ ਲਿਆ ਕਿਉਂਕਿ ਇਹ ਆਪਣੇ ਘਰੋਂ ਆਪ ਨਿਕਲੇ ਆ ਉਹਨਾਂ ਨੇ ਨਹੀਂ ਕਿਹਾ ਹਾਂਜੀ ਮੈਂ ਆਪ ਨਿਕਲੇ ਆ ਤੇ ਬਸ ਠੀਕ ਆ ਫਿਰ ਜੇ ਆਪ ਨਿਕਲ ਆਏ ਤੇ ਫਿਰ ਨਿਕਲੇ ਰਹਿਣ ਹੁਣ ਕਿਉਂਕਿ ਜਿਹੜੀ ਇਹਦੀ بیوی ਆ ਉਹ ਹੀ ਨਹੀਂ ਇਹਦੀ ਬਣੀ ਤੇ ਕੀ ਕਹਿੰਦੇ ਸਾਡੀ ਉਹਨੇ ਕੀ ਬਣਨਾ ਸੀ ਉਹਦੇ ਖਿਲਾਫ ਕੀ ਕਰ ਸਕਦੇ ਹੁਣ ਮੈਨੂੰ ਲੱਗਦਾ ਤੂੰ ਆ ਹੋਸਟ ਨਹੀਂ ਹਾਂ ਨਾਲਾ ਮੈਨੂੰ ਇਹ ਦੱਸ ਕਿ ਯਾਰਾ ਵੇਖ ਜਿਹੜੀ ਗੈਸ ਇੰਨੀ ਮਹਿੰਗੀ ਹੋ ਗਈ ਗਰੀਬ ਮਰ ਗਿਆ ਯਾ ਤੂੰ ਇਹਨਾਂ ਤੇ ਕੋਈ ਪਰਚਾ ਕਰਾ ਤੂੰ ਇਹਨਾਂ ਦਾ ਕੋਈ ਸ਼ਿਕਾਰ ਨਹੀਂ ਥਾ ਕਦਾ ਕੁਛ ਤੂੰ ਇੱਧਰ ਮਾਰ ਉਧਰ ਮਾਰ ਲੋ ਇਹਦੀ ਚਪੇੜੀ ਮਾਰ ਉਹ ਤੂੰ ਜਿਸ ਮਸਲੇ ਲਈ ਇੱਥੇ ਬੈਠਾ ਨਾ ਉਹ ਗੱਲ ਕਰ। ਉਹ ਹੀ ਤਾਂ ਤੈਨੂੰ ਕਹਨਿਆ ਵੀ ਇਹਦਾ ਹੁਣ ਕੀ ਕਰਨਾ ਵਾ ਤੂੰ ਹੋਰ ਬੱਸੇ ਗੱਲ ਲੈ ਗਿਆ। ਹੁਣ ਕੀ ਸੋਚਦਾ ਨਾ? ਇਹਨੂੰ ਵੈਸੇ ਮਕਾਨ ਜਿਹੜਾ ਨਾ ਉਹ ਛੱਡਣਾ ਨਹੀਂ ਸੀ ਚਾਹੀਦਾ। ਅੱਬ ਪਛਤਾਏ ਕੀ ਹੋਏ ਜਦ ਸਾਲੇ ਚੁੱਕੇ ਖੇਤ। ਉਹ ਜਾ ਕਤੇ ਸਟੇਜ ਡਰਾਮਿਆਂ ਦੇ ਵਿੱਚ ਵਕਾਲਤ ਕਰ ਤੂੰ। ਤੇ ਇਹਨੂੰ ਮਜ਼ਲੂਮ ਨੂੰ ਇਦਾਂ ਹੀ ਛੱਡ ਜਾਵਾ ਹੁਣ। ਨਹੀਂ ਇਹਦਾ ਵਿਚਾਰੇ ਦਾ ਚੰਗੀ ਤਰ੍ਹਾਂ ਬੇੜਾ ਬਾਕੇ ਜਾ ਇਦਾਂ ਕਿਹੜੀ ਗੱਲਾਂ ਜਾਣਾ ਤੂੰ। ਇੱਕ ਮਿੰਟ ਮੇਰੀ ਗੱਲ ਸੁਣ। ਜੇ ਜਨਾਬ ਯਾਰ ਆਪਣੇ ਚੈਨਲ ਦੇ ਬਾਹਰ ਕੋ ਬਰਗਰ ਹੀ ਲਵਾ ਦਿਓ ਕਿਸੇ ਨੂੰ ਮੈਂ ਤੇ ਮਰ ਗਿਆ ਭੁੱਖ ਦੇ ਨਾਲ। ਉਹ ਯਾਰ ਇਹਦੀ بیوی ਨੂੰ ਤੇ ਇਹਨੂੰ ਤੇ ਕਿਸੇ ਨੁਕਰ ਚ ਲਾ ਕੇ ਜਾ ਕੇ ਇਹਨਾਂ ਨੂੰ ਹੁਣ ਇਦਾਂ ਹੀ ਛੱਡ ਜਿਆ ਸੀ। ਪਹਿਲੇ ਦੇ ਮਕਾਨ ਦੇ ਵਿੱਚੋਂ ਨਿਕਲਿਆ ਕਿਹੜੀ ਗੱਲੋਂ ਤੇ ਜੇ ਹੁਣ ਐਡਾ ਸ਼ੋਖਾ ਬਣ ਗਿਆ ਉੱਥੋਂ ਨਿਕਲ ਆਇਆ ਤਾਂ ਹੁਣ ਮਕਾਨ ਘਰ ਤੋਂ ਮੰਗਦਾ ਪੁੱਛਦਾ ਰੈ ਇਹਨੂੰ। ਨਾਜ਼ਰੀਨ ਤੁਸੀਂ ਦੇਖਦੇ ਪੈਣਾ। ਬਸ ਇਦਾਂ ਹੀ ਦੇਖਦੇ ਰਹੋ ਤੇ ਮੈਂ ਬਸ ਇੱਕ ਹਫ਼ਤੇ ਬਾਅਦ ਆਇਆ।